ਹੋ ਗਾਇਸ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੀ ਆਰ ਸਿੱਧੂ ਯੂਟਿਊਬ ਚੈਨਲ 'ਤੇ। ਅੱਜ ਦਾ ਅਸੀਂ ਵਲੋਗ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਅੱਜ ਦਾ ਵਲੋਗ ਬਣਾਉਣ ਜਾ ਰਹੇ ਹਾਂ ਪ੍ਰਭ ਚਰਨ ਜੀ ਦੇ ਨਾਲ ਕਲੈਬ ਕਰਕੇ ਅਤੇ ਨਾਲੇ ਉਹਨਾਂ ਦੀ ਕਰਨੀ ਹੈ ਇੰਟਰਵਿਊ ਦੇ ਟਾਈਪ ਗੱਲਾਂ ਬਾਤਾਂ। ਸੋ ਤੁਸੀਂ ਕਰੋ ਵਲੋਗ ਇੰਜੋਏ ਅਤੇ ਮਿਲਦੇ ਹਾਂ ਵਲੋਗ ਦੇ ਐਂਡ 'ਚ। ਇਹ ਮੈਂ ਕਲਿੱਪ ਘਰ ਆਣ ਕੇ ਬਣਾ ਰਿਹਾ ਕਿਉਂਕਿ ਜਦੋਂ ਉੱਥੇ ਗਏ ਤਾਂ ਕੋਈ ਪਲੈਨ ਨਹੀਂ ਸੀ ਵੀਡੀਓ ਬਣਾਉਣ ਦਾ, ਉੱਥੇ ਇੱਕ ਪਲੈਨ ਬਣਿਆ ਅਤੇ ਤਾਂ ਕਰਕੇ ਇਹ ਵੀਡੀਓ ਬਣਾਉਣ ਲੱਗੇ ਹਾਂ। ਅਤੇ ਕਰੋ ਵਲੋਗ ਇੰਜੋਏ। ਅਸੀਂ ਪਹੁੰਚ ਚੁੱਕੇ ਹਾਂ ਜੀ ਪ੍ਰਭ ਚਰਨ ਜੀ ਦੇ ਘਰ ਅਤੇ ਉਹਨਾਂ ਦੇ ਘਰ ਪਹੁੰਚ ਚੁੱਕੇ ਹਾਂ ਅਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸੋ ਉਹ ਪੂਰੀ ਤਿਆਰੀ 'ਚ ਬੈਠੇ ਹੋਏ ਨੇ ਇੱਥੇ ਤਿਆਰੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਪਣੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਭਾਈ ਦੋਵਾਂ ਦਾ? ਵਧੀਆ ਜੀ ਵਧੀਆ। ਕਿਰਪਾ। ਅੱਛਾ ਅਤੇ ਤੁਹਾਡੇ ਨਾਲ ਭਾਅ ਜੀ ਕੋਈ ਸਵਾਲ ਅਤੇ ਗੱਲਾਂ ਬਾਤਾਂ ਕਰਨੀਆਂ ਸੀ। ਠੀਕ ਆ ਜੀ, ਜ਼ਰੂਰ ਕਰੋ। ਅਤੇ ਪਹਿਲਾ ਸਵਾਲ ਪੁੱਛਦੇ ਭਾਈ ਜੀ, ਤੁਸੀਂ ਯੂਟਿਊਬ ਕਦੋਂ ਸ਼ੁਰੂ ਕੀਤਾ? ਵੀਰ ਜੀ ਯੂਟਿਊਬ ਆਪਾਂ ਸਟਾਰਟ ਕੀਤਾ ਅੱਜ ਤੋਂ 2-3 ਮਹੀਨੇ ਪਹਿਲਾਂ, ਜਨਵਰੀ 'ਚ, ਜਨਵਰੀ ਦੀ 3 ਤਰੀਕ ਨੂੰ। ਅਤੇ ਪਹਿਲਾਂ ਹੋਰ ਵੀ ਕੋਈ ਚੈਨਲ ਬਣਾਇਆ ਸੀ? ਪਹਿਲਾਂ ਚੈਨਲ ਬਣੇ ਤਾਂ ਪ੍ਰਭ ਚਰਨ ਕੇ ਦੇ ਨਾਮ ਤੋਂ ਹੀ 2-3 ਬਣੇ ਸੀ, ਬਟ ਉਹ ਰਿਸਪੋਂਸ ਨਹੀਂ ਵਧੀਆ ਮਿਲਿਆ ਆਡੀਅੰਸ ਦਾ। ਅਤੇ ਤੁਹਾਡੇ ਮਨ ਵਿੱਚ ਕਿਵੇਂ ਖਿਆਲ ਆਇਆ ਕਿ ਤੁਸੀਂ ਵੀ ਯੂਟਿਊਬ 'ਤੇ ਵੀਡੀਓ ਬਣਾਓ ਅਤੇ ਅਪਲੋਡ ਕਰੋ? ਯੂਟਿਊਬ 'ਤੇ ਵੀਡੀਓ ਬਣਾਉਣ ਦੇ ਖਿਆਲ ਬਾਰੇ ਆਪਾਂ ਇੰਨਾ ਕੁ ਜਾਣਨਾ ਚਾਹਾਂਗੇ ਆਪਣੇ ਕਰਨਲ ਸਾਹਿਬ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਦਾਂ ਕਿ ਜੋ ਯੂਟਿਊਬ ਤੋਂ ਪਹਿਲਾਂ ਵੀ ਅਸੀਂ ਬਹੁਤ ਕਲੋਜ਼ ਫਰੈਂਡ ਆ ਪ੍ਰਭ ਅਤੇ ਮੈਂ, ਇੱਦਾਂ ਮੈਂ ਇੱਦਾਂ ਕੋਈ ਗੱਲ ਕੀਤੀ ਵੀ ਮੈਨੂੰ ਨਾ ਕਵਰ ਵੀਡੀਓ ਦੀ ਬਹੁਤ ਸ਼ੌਂਕ ਆ, ਮਤਲਬ ਐਕਟਿੰਗ ਕਰਨ ਦੀ। ਅਤੇ ਇਹਨੇ ਮੈਨੂੰ ਦੱਸਿਆ ਵੀ ਚੈਨਲ ਬਣਾਉਣਾ ਆਪਾਂ ਯੂਟਿਊਬ 'ਤੇ, ਅਤੇ ਫਿਰ ਮੈਂ ਇਹਨਾਂ ਕੋਲ ਜਦੋਂ ਗੱਲ ਕੀਤੀ ਅਤੇ ਕਹਿੰਦੇ ਵੀ ਵੀਡੀਓ ਆਪਾਂ ਪਾਇਆ ਕਰਾਂਗੇ। ਫਿਰ ਅਸੀਂ ਪਹਿਲੀ ਵੀਡੀਓ ਪਾਈ ਗੇਮ ਗਾਣੇ ਦੀ ਅਤੇ ਬਹੁਤ ਵਧੀਆ ਰਿਸਪੋਂਸ ਦਿੱਤਾ ਪਬਲਿਕ ਨੇ, ਅਤੇ ਇੱਦਾਂ ਵੀਡੀਓ ਪਾਈ ਗਏ ਅਤੇ ਇੱਦਾਂ ਹੀ ਵਧੀਆ ਰਿਸਪੋਂਸ ਆਉਂਦਾ ਰਿਹਾ। ਬਾਕੀ ਦਿਲੋਂ ਧੰਨਵਾਦ ਆ ਸਾਰਿਆਂ ਦਾ। ਅਤੇ ਘਰਦਿਆਂ ਵੱਲੋਂ ਕਿੰਨੀ ਕੁ ਸਪੋਰਟ ਸੀ ਤੁਹਾਨੂੰ? ਮਤਲਬ ਘਰਦੇ ਤੁਹਾਨੂੰ ਕਹਿੰਦੇ ਨਹੀਂ ਵੀ ਕੋਈ ਕੰਮ ਕਾਰ ਕਰ ਲਾ ਜਾਂ ਇਹ ਛੱਡ ਦੇ ਵਿਹਲੇ ਕੰਮ? ਨਹੀਂ, ਜਦੋਂ ਦਾ ਅਸੀਂ ਜਿਹੜਾ ਵੀ ਕੰਮ ਅਸੀਂ ਸਟਾਰਟ ਕੀਤਾ ਵਾ ਉਹਦੇ 'ਚ ਘਰਦਿਆਂ ਦੀ ਫੁੱਲ ਸਪੋਰਟ ਰਹੀ ਆ। ਭਾਵੇਂ ਕੋਈ ਵੀ ਯੂਟਿਊਬ ਆ ਜਾਂ ਹੋਰ ਵੀ ਕੋਈ ਜ਼ਿੰਦਗੀ 'ਚ ਕੰਮ ਆ, ਘਰਦਿਆਂ ਦੀ ਪੂਰੀ ਸਪੋਰਟ ਆ, ਜਿਵੇਂ ਜੋਗੀ ਉਹ ਪੂਰੀ ਸਪੋਰਟ ਕਰਦੇ। ਠੀਕ ਹੈ ਜੀ। ਅਤੇ ਕਰਨਲ ਸਾਹਿਬ ਦਾ ਅਤੇ ਪ੍ਰਭ ਚਰਨ ਜੀ ਦਾ ਕੀ ਰਿਲੇਸ਼ਨ ਆ? ਇਹ ਬਹੁਤ ਸਾਰੀ ਵੀਡੀਓ ਵਿੱਚ ਆਪਾਂ ਵੇਖਿਆ ਦੋਵੇਂ ਇਕੱਠੇ ਹੁੰਦੇ ਨੇ। ਸਾਡਾ ਰਿਲੇਸ਼ਨ ਕਹਿ ਸਕਦੇ ਜੀ ਭਰਾਵਾਂ ਵਰਗਾ ਹੀ ਆ, ਭਰਾ ਹੀ ਆ ਇੱਕ ਦੂਜੇ ਦੇ। ਅਤੇ ਪਹਿਲਾਂ ਅਸੀਂ ਸਕੂਲ ਇਕੱਠੇ ਪੜ੍ਹੇ ਹਾਂ, ਇੱਕ ਕਲਾਸ 'ਚ ਕਲਾਸਮੇਟ ਆ ਮੇਰਾ, ਅਤੇ ਕਲੋਜ਼ ਫਰੈਂਡ ਆ, ਭਰਾ ਵਾਂ, ਬਸ ਇਹੀ ਆ ਸਭ ਕੁਝ ਹੀ ਇੱਕ ਦੂਜੇ ਲਈ। ਅਤੇ ਯੂਟਿਊਬ 'ਤੇ ਵੀ ਤਦੇ ਇਕੱਠੇ ਕੰਮ ਕਰ ਰਹੇ ਹਾਂ ਆਪਾਂ। ਅਤੇ ਜਿਹੜਾ ਤੁਹਾਡਾ ਭਾਅ ਜੀ ਮੇਨ ਕੰਟੈਂਟ ਆ ਯੂਟਿਊਬ 'ਤੇ ਵੀਡੀਓ ਅਪਲੋਡ ਕਰਨ ਦਾ, ਉਹ ਕੀ ਆ? ਵੇਖੋ ਜੀ, ਮੇਨ ਕੰਟੈਂਟ 'ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਕੁਝ ਫਨੀ ਲੈ ਕੇ ਆਈਏ ਕਿ ਸਾਡੇ ਤੋਂ ਕੋਈ ਹੱਸ ਸਕੇ, ਵੀ ਅਸੀਂ ਕਿਸੇ ਨੂੰ ਹਸਾ ਸਕੀਏ। ਮੇਨ ਵੀਡੀਓ ਦਾ ਕੰਟੈਂਟ ਤਾਂ ਸਾਡਾ ਫਨੀ ਵੀਡੀਓ ਦਾ ਵਾ, ਅਤੇ ਬਾਕੀ ਸ਼ੌਂਕ ਨੂੰ ਵਿੱਚ ਐਕਟਿੰਗ ਦਾ ਸ਼ੌਂਕ ਵੀ ਇਹਨਾਂ ਦੇ, ਇਸ ਲਈ ਕਵਰ ਪਾਈ ਜਾਈਦੀਆਂ। ਬਾਕੀ ਆਪਾਂ ਅੱਗੇ ਵੀ ਕੰਟੈਂਟ ਫਨੀ ਵੀਡੀਓ ਦੇ ਲੈ ਕੇ ਆਵਾਂਗੇ ਬਸ। ਬਾਕੀ ਜਿੱਦਾਂ ਦਾ ਮਾਹੌਲ ਹੈ ਤੁਹਾਨੂੰ ਪਤਾ, ਸਾਰੀ ਦੁਨੀਆ ਨੂੰ ਕੋਈ ਨਾ ਕੋਈ ਮਤਲਬ ਦੁਖੀ ਆ ਸਾਰੀ ਦੁਨੀਆ, ਵੀ ਕੋਸ਼ਿਸ਼ ਕਰੀ ਦੀ ਕਿਸੇ ਨੂੰ ਹਸਾ ਦਈਏ, ਬਸ ਇੰਨੀ ਦੀ। ਅਤੇ ਥੋੜ੍ਹਾ ਮਹੀਨਾ ਕੁ ਹੋ ਗਿਆ ਤੁਸੀਂ ਇੱਕ ਸ਼ੋਰਟ ਫਿਲਮ ਪਾਈ ਆ, ਅਤੇ ਉਹਦਾ ਤੁਹਾਡੇ ਮਨ ਵਿੱਚ ਕਿੱਦਾਂ ਖਿਆਲ ਆਇਆ ਵੀ ਸ਼ੋਰਟ ਫਿਲਮ ਇੱਕ ਬਣਾਈਏ? ਉਹ ਵੀ ਕਹਿੰਦੇ ਨਾ ਜਿੱਦਾਂ ਇੱਕ ਬੰਦੇ ਦੇ ਮਨ 'ਚ ਹੁੰਦਾ ਚਾਅ ਹੁੰਦਾ ਵਾ, ਸ਼ੁਰੂ ਤੋਂ ਮੇਰੇ ਮਨ 'ਚ ਸੀ ਕਿ ਇੱਕ ਕੋਈ ਫਿਲਮ ਬਣਾਉਣੀ ਆ। ਅਤੇ ਇਹ ਮੇਰੇ ਮਨ 'ਚ ਸਟੋਰੀ ਆਈ ਸੀ ਕਿ ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੱਡੇ ਵੱਡੇ ਸੈਲੀਬ੍ਰਿਟੀ, ਵੱਡੇ ਵੱਡੇ ਸਟਾਰ ਆ, ਉਹਨਾਂ ਵਰਗੇ ਆਪਾਂ ਬਣਨਾ ਚਾਹੁੰਦੇ ਹਾਂ, ਬਟ ਉਹ ਕਿਵੇਂ ਇੱਥੋਂ ਤੱਕ ਪਹੁੰਚੇ, ਕੀ ਉਹਨਾਂ ਦੀ ਸਟਰਗਲ ਆ, ਕੀ ਉਹਨਾਂ ਦਾ ਬੈਕਵਰਡ ਜ਼ਿੰਦਗੀ ਰਹੀ ਆ, ਉਹਦੇ ਬਾਰੇ ਥੋੜ੍ਹਾ ਦੱਸਣ ਦੀ ਮੈਂ ਕੋਸ਼ਿਸ਼ ਕੀਤੀ ਉਹ ਫਿਲਮ ਦੇ ਵਿੱਚ। ਕਿ ਅੱਜ ਕੱਲ੍ਹ ਆਪਾਂ ਹਰ ਇੱਕ ਕਲਾਕਾਰ ਨੂੰ ਵੇਖ ਕੇ ਕਹਿ ਦਿੰਦੇ ਹਾਂ ਕਿ ਯਾਰ ਅਸੀਂ ਵੀ ਇਹਦੇ ਵਰਗੇ ਬਣੀਏ, ਸਾਨੂੰ ਵੀ ਲੋਕ ਜਾਣਨ, ਬਟ ਉਹਦਾ ਸੰਘਰਸ਼ ਕੋਈ ਵੀ ਨਹੀਂ ਵਹਿੰਦਾ। ਥੋੜ੍ਹਾ ਬਹੁਤ ਉਹਦੇ ਬਾਰੇ ਚਾਨਣਾ ਪਾਇਆ ਬਸ। ਅਤੇ ਉਸ ਫਿਲਮ ਵਿੱਚ ਬਹੁਤ ਸਾਰੀ ਕਾਸਟ ਮਤਲਬ ਤੁਹਾਡੇ ਨਾਲ ਜੁੜੀ ਆ, ਕਿਉਂਕਿ ਤੁਹਾਡੇ ਨਾਲ ਪਹਿਲਾਂ ਕੋਈ ਨਿਆਣੇ ਹੁੰਦੇ ਨਹੀਂ ਸੀ। ਹਾਂਜੀ ਹਾਂਜੀ। ਅਤੇ ਉਹ ਤੁਹਾਡੇ ਨਾਲ ਕਿਵੇਂ ਮੇਲ ਹੋਇਆ ਸਾਰਿਆਂ ਦਾ? ਦੇਖੋ ਜੀ, ਜਿੰਨੇ ਵੀ ਉਹ ਫਿਲਮ ਦੇ ਵਿੱਚ ਹੈਗੇ ਆ ਸਾਰੇ ਆਪਣੇ ਵੀਰ ਭਰਾ ਵਾ, ਕੁਝ ਆਪਣੇ ਪਿੰਡ ਦੇ ਆ ਅਤੇ ਕੁਝ ਆਪਣੇ ਬਾਹਰ ਦੇ ਆ, ਆਪਣੇ ਲਾਗੇ ਲਾਗੇ ਪਿੰਡਾਂ ਦੇ ਆਪਣੇ ਫਰੈਂਡ ਆ, ਵੀਰ ਭਰਾ ਹੀ ਆਪਣੇ ਸਾਰੇ ਉਹਦੇ ਵਿੱਚ ਜਿੰਨਾ ਕੰਮ ਕੀਤਾ। ਅੱਛਾ, ਤਾਂ ਉਹਨਾਂ ਨੇ ਤੁਹਾਡੇ ਨਾਲ ਕਿੱਦਾਂ ਕੰਟੈਕਟ ਕੀਤਾ ਵੀ ਤੁਹਾਨੂੰ ਕਿੱਦਾਂ ਕਿਹਾ ਵੀ ਅਸੀਂ ਇਸ ਫਿਲਮ ਵਿੱਚ ਕੰਮ ਕਰਨਾ ਚਾਹੁੰਦੇ ਹਾਂ? ਦੇਖੋ,
ਜਿਵੇਂ ਮੈਂ ਸਾਰਿਆਂ ਨੂੰ ਦੱਸਿਆ ਕਿ ਮੈਂ ਇੱਕ ਫਿਲਮ ਬਣਾਉਣ ਲੱਗਾ ਵਾਂ। ਆਪਣੇ ਵੀਰ ਉਹਨਾਂ ਨਾਲ ਮੈਂ ਸਲਾਹ ਕੀਤੀ ਕਿ ਆਪਾਂ ਇੱਕ ਫਿਲਮ ਬਣਾਉਣੀ ਆ, ਸ਼ੋਰਟ ਫਿਲਮ ਬਣਾਉਣੀ ਜਿਹਦਾ ਨਾਮ ਸਟਰਗਲ ਆ। ਅਤੇ ਸਾਰਿਆਂ ਆਪਾਂ ਸਲਾਹ ਕੀਤੀ ਕਿ ਚਲੋ ਇਹਦੇ ਬਾਰੇ ਆਪਾਂ ਇੱਥੇ ਪ੍ਰੋਜੈਕਟ 'ਤੇ ਕੰਮ ਕਰਦੇ ਹਾਂ। ਅਤੇ ਇੱਦਾਂ ਹੀ ਆਪਾਂ ਬਾਕੀ ਹਰ ਇੱਕ ਨੂੰ ਦੱਸਿਆ ਕਿ ਅਸੀਂ ਆਪਣੇ ਚੈਨਲ 'ਤੇ ਇੱਕ ਫਿਲਮ ਬਣਾਉਣ ਲੱਗੇ ਹਾਂ। ਅਤੇ ਉਹਦੇ ਵਿੱਚ ਤੁਹਾਨੂੰ ਪਤਾ ਜਿਹੜੇ ਬੰਦੇ ਨੂੰ ਸ਼ੌਂਕ ਹੁੰਦਾ ਵਾ ਉਹ ਆਪੇ ਆ ਕੇ ਸਾਡੇ ਨਾਲ ਜੁੜਦਾ ਗਿਆ। ਜਿੰਨਾ ਰਿਸਪੋਂਸ ਉਸ ਫਿਲਮ ਨੂੰ ਮਿਲਿਆ ਵਾ ਅਤੇ ਉਹਨਾਂ ਮੈਂ ਆਈ ਥਿੰਕ ਹੋਰ ਕਿਸੇ ਵੀਡੀਓ ਮਿਲਿਆ ਨਹੀਂ ਹੋਣਾ। ਤੁਹਾਨੂੰ ਕਿਵੇਂ ਫੀਲ ਹੋ ਰਿਹਾ ਉਸ ਫਿਲਮ ਨੂੰ ਇੰਨਾ ਰਿਸਪੋਂਸ ਵੇਖ ਕੇ? ਉਹ ਫਿਲਮ ਨੂੰ ਸਪੋਰਟ ਕੀਤਾ ਆਪਣੇ ਸਾਰੇ ਵੀਰ ਭਰਾਵਾਂ ਨੇ ਅਤੇ ਉਹਨਾਂ ਰਿਸਪੋਂਸ ਮਿਲਣ ਦਾ ਸਭ ਤੋਂ ਵੱਡਾ ਰੀਜ਼ਨ ਆ ਇੱਕ ਅਸੀਂ ਟੀਮ ਨੇ ਕੰਮ ਕੀਤਾ ਉਹਦੇ 'ਚ, ਟੀਮ ਵਰਕ। ਜੇ ਅਸੀਂ ਇਕੱਲੇ ਉਹ ਫਿਲਮ ਬਣਾਉਂਦੇ ਫਿਰ ਸ਼ਾਇਦ ਇੰਨਾ ਰਿਸਪੋਂਸ ਨਾ ਆਉਂਦਾ ਜਿੰਨਾ ਕਿ ਇੱਕ ਸਾਨੂੰ ਟੀਮ ਮਿਲਣ ਦੇ ਨਾਲ ਉਹ ਫਿਲਮ ਨੂੰ ਰਿਸਪੋਂਸ ਮਿਲਿਆ ਵਾ। ਮਤਲਬ ਕਿ ਟੀਮ ਵਰਕ ਹੋਣਾ ਬਹੁਤ ਜ਼ਰੂਰੀ। ਹਾਂ ਹਾਂਜੀ, ਟੀਮ ਵਰਕ ਦਾ ਫਾਇਦਾ ਵਾ। ਅਤੇ ਪ੍ਰਭ ਜਾਣ ਕੇ ਭਾਅ ਜੀ ਤੁਹਾਡੀਆਂ ਹੋਬੀਜ਼ ਕੀ ਨੇ ਇਸ ਚੈਨਲ ਤੋਂ ਇਲਾਵਾ? ਇਸ ਚੈਨਲ ਤੋਂ ਇਲਾਵਾ ਮੈਂ ਆਪਣੀ ਲਾਈਫ ਵਿੱਚ ਜ਼ਿਆਦਾ ਕਰਦਾ, ਮੇਰਾ ਹੋਬੀ ਸਿੰਗਿੰਗ ਦੀ ਆ ਅਤੇ ਨਾਲ ਹੀ ਰਾਈਟਿੰਗ ਦੀ ਆ। ਮੈਨੂੰ ਲਿਖਣਾ ਅਤੇ ਗਾਉਣਾ ਪਸੰਦ ਆ। ਅਤੇ ਤੁਹਾਡਾ ਜਿਹੜਾ ਪ੍ਰਭ ਚੰਨ ਕੇ ਨਾਮ, ਇਹ ਕਿੰਨੇ ਤੁਹਾਨੂੰ ਦਿੱਤਾ? ਪ੍ਰਭ ਚੰਨ ਕੇ ਚੱਲ ਕੇ ਤੁਹਾਨੂੰ ਜਿਵੇਂ ਪਤਾ ਹੈ ਕਿ ਮੇਰੇ ਇੱਕ ਪਿੰਡ ਦਾ ਨਾਮ ਆ ਅਤੇ ਮੈਂ ਇਹ ਚਾਹੁੰਦਾ ਵਾਂ ਕਿ ਜਿਵੇਂ ਮੇਰੇ ਨਾਲ ਨਾਲ ਮੇਰੇ ਪਿੰਡ ਦੀ ਵੀ ਥੋੜ੍ਹੀ ਪਹਿਚਾਣ ਹੋਵੇ, ਇਸ ਲਈ ਮੈਂ ਆਪਣੇ ਨਾਮ ਨਾਲ ਪ੍ਰਭ ਚੰਨ ਕੇ ਲਗਾ ਲਿਆ, ਪ੍ਰਭ ਚੰਨ ਕੇ ਜੋੜਿਆ। ਅੱਛਾ ਠੀਕ ਹੈ। ਫੋਨ ਆਪਾਂ ਰੱਖਤਾ ਸੀ ਕਿਉਂਕਿ ਮੈਂ ਫੋਨ ਫੜ ਫੜ ਕੇ ਮੇਰਾ ਹੱਥ ਸੌ ਗਿਆ ਸੀ ਅਤੇ ਇਸ ਕਰਕੇ ਫੋਨ ਆਪਾਂ ਰੱਖਤਾ। ਅਤੇ ਕਰਨਲ ਭਾਅ ਜੀ ਨੂੰ ਸਵਾਲ ਹੈ ਕਿ ਤੁਹਾਡੇ ਕੀ ਸ਼ੌਂਕ ਨੇ? ਵੇਖੋ ਜੀ, ਮੇਰੇ ਸ਼ੌਂਕ ਤਾਂ ਵੈਸੇ ਆਰਮੀ 'ਚ ਹੋਣਾ ਵਾ ਅਤੇ ਮੈਂ ਗਰਾਊਂਡ ਨੂੰ ਮੇਨ ਮਤਲਬ ਪਹਿਲਾ ਨੰਬਰ ਗਰਾਊਂਡ ਮਿਲਣਾ। ਤੁਸੀਂ ਪਲੇਅਰ ਵੀ? ਪਲੇਅਰ, ਫੁੱਟਬਾਲ ਦੀ ਗੇਮ ਲਾਈ ਦੀ ਆ। ਠੀਕ। ਅਤੇ ਮਜੀਸ਼ੀਅਨ, ਮਤਲਬ ਮਜੀਸ਼ੀਅਨ ਦਾ ਵੈਸੇ ਇੰਸਟਰੂਮੈਂਟ ਮੈਨੂੰ ਪਲੇਅ ਕਰਨ ਦਾ ਸ਼ੌਂਕ ਆ। ਠੀਕ ਹੈ ਠੀਕ। ਮਤਲਬ ਮਿਊਜ਼ਿਕ ਨਾਲ ਜੁੜੇ ਹੋਏ ਆ, ਉਹ ਫੀਲਡ ਵਿੱਚ ਵੀ ਅਸੀਂ ਦੋਵੇਂ ਜੁੜੇ ਹੋਏ ਮਿਊਜ਼ਿਕ ਨਾਲ। ਠੀਕ ਹੈ। ਅਤੇ ਤੁਹਾਨੂੰ ਦੋਵਾਂ ਨੂੰ ਕਿਵੇਂ ਲੱਗਿਆ ਸੀ ਆਰ ਸਿੱਧੂ ਨੂੰ ਮਿਲ ਕੇ? ਬਹੁਤ ਵਧੀਆ ਯਾਰ, ਘੈਂਟ ਬੰਦੇ। ਕਿਵੇਂ ਦਾ ਬੰਦਾ ਵਾ? ਦਿਲ ਦਾ ਤੇ ਨਾ ਬਹੁਤ ਚੰਗਾ। ਦੇਖੋ ਜੀ, ਆਪਾਂ ਕਿਸੇ ਦੀ ਨਾ ਤਾਰੀਫ ਕਹਿੰਦੇ ਮੂੰਹ 'ਤੇ ਕਰੀਏ, ਪਰ ਤੁਹਾਡੀ ਤਾਰੀਫ ਆਪਾਂ ਕਰ ਨਹੀਂ ਸਕਦੇ ਜਿਹਨੂੰ ਕਹਿ ਦਿੰਦੇ ਨਾ ਕਿ ਸ਼ਬਦ ਨਹੀਂ ਹੁੰਦੇ। ਜਿਵੇਂ ਕਈ ਬੰਦੇ ਹੁੰਦੇ ਆ ਕਿ ਯਾਰ ਸਾਡੇ ਨਾਲ ਹੀ ਕਈ ਹੋਣਗੇ ਪਰ ਸਾਨੂੰ ਮਾੜਾ ਕਹਿੰਦੇ ਹੋਣਗੇ, ਪਰ ਬੰਦਾ ਬਾਹਰੋਂ ਆ ਕੇ ਇੰਨੀ ਸਪੋਰਟ ਕਰੇ, ਕਦੀ ਸੋਚਿਆ ਨਹੀਂ ਕਿ ਇੱਦਾਂ ਦੇ ਬੰਦੇ ਵੀ ਦੁਨੀਆਂ 'ਤੇ ਹੁੰਦੇ ਆ। ਅਤੇ ਬੜੇ ਜਾਣੇ ਜਾਣਨਾ ਚਾਹੁੰਦੇ ਹੋਣਗੇ ਕਿ ਆਪਾਂ ਕਿੱਦਾਂ ਮਿਲੇ। ਹਾਂਜੀ ਹਾਂਜੀ। ਅਤੇ ਆਪਣੀ ਮਿਲਣ ਦੀ ਕਹਾਣੀ ਦੱਸੋਗੇ ਤੁਸੀਂ? ਸੋ ਸਾਡੀ ਮਿਲਣ ਦੀ ਕਹਾਣੀ ਇੱਦਾਂ ਜੀ, ਇੰਸਟਾਗ੍ਰਾਮ ਇੰਸਟਾਗ੍ਰਾਮ 'ਤੇ ਹੈਗਾ ਵਾ। ਮੈਂ ਇੱਕ ਥਾਂ ਕਰਦਾ ਹੁੰਦਾ ਸੀ ਕੰਮ, ਉੱਥੇ ਇਹਨਾਂ ਦੇ ਪਿੰਡ ਦਾ ਮੁੰਡਾ ਵੀ ਕਰਦਾ ਹੁੰਦਾ ਸੀ ਕੰਮ, ਉਹ ਕਾਰ ਮਕੈਨਿਕ ਦੀ ਜੋਬ ਕਰਦੇ ਸੀ, ਪਹਿਲਾਂ ਕਰਦੇ ਸੀ ਪਰ ਹੁਣ ਛੱਡ ਦਿੱਤੀ ਮੈਂ। ਅਤੇ ਉੱਥੇ ਮੈਨੂੰ ਪਹਿਲਾਂ ਅਸੀਂ ਵੀਡੀਓ ਬਣਾਉਂਦੇ ਹੁੰਦੇ ਸੀ ਆਪਾਂ ਵੀ, ਅਤੇ ਮੈਨੂੰ ਇੱਕ ਮੁੰਡੇ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਕਿਹਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਵੀਡੀਓ ਬਣਾਈ ਆ ਕਿ ਤੂੰ ਵੇਖ, ਉਹਨਾਂ ਨੇ ਵਿੱਚ ਕੁੜੀ ਵੀ ਲਈ ਹੈ। ਠੀਕ ਹੈ, ਮੈਨੂੰ ਆਹ ਗੱਲ ਕਹੀ ਅਤੇ ਮੈਂ ਸੋਚਿਆ ਵੀ ਚਲੋ, ਮੈਂ ਆਖਿਆ ਵੀਡੀਓ ਵੇਖੀ ਆ ਅਤੇ ਵੀਡੀਓ ਮੈਂ ਵੇਖੀ ਇਹਨਾਂ ਦੀ ਕੁੜੀ ਦਾ ਕਰਕੇ ਨਾਲ ਆ ਗਿਆ। ਵੀਡੀਓ ਉਹਨਾਂ ਦੀ ਵੇਖੀ ਮੈਂ ਅਤੇ ਮੈਂ ਸੋਚਿਆ, ਮੈਂ ਕਿਹਾ ਵੀ ਇਹ ਚੱਲ ਮੈਨੂੰ ਜਾਣਦੇ ਆ, ਮੈਂ ਵੀ ਇਹਨਾਂ ਨੂੰ ਵੀ ਜਾਣਦਾ ਮਾੜਾ ਮੋਟਾ, ਪਹਿਲਾਂ ਇਹ ਵੀ ਮੇਰੇ ਨਾਲ ਪੜ੍ਹਿਆ ਵਾ ਇਕੱਠੇ। ਆਪਾਂ ਇੱਕ ਸਕੂਲ ਪਹਿਲਾਂ ਆਪਾਂ ਸਾਡੇ ਪਿੰਡ 'ਚ ਇੱਕ ਸਕੂਲ ਆ, ਉੱਥੇ ਵੀ ਵੀਰ ਪੜ੍ਹਦਾ ਹੁੰਦਾ ਸੀ ਅਤੇ ਮੈਂ ਵੀ ਪੜ੍ਹਦਾ ਹੁੰਦਾ। ਹਾਂ, ਅਤੇ ਇਹ ਮੇਰਾ ਜੂਨੀਅਰ ਹੁੰਦਾ ਸੀ, ਉਦੋਂ ਮੈਂ ਚਲੋ ਇੰਨਾ ਧਿਆਨ ਨਹੀਂ ਸੀ ਦੇਈਦਾ, ਪਰ ਇਹ ਮੈਨੂੰ ਜਾਣਦਾ ਸੀ, ਮੈਨੂੰ ਇੰਨਾ ਪਤਾ ਨਹੀਂ ਪਰ ਇਹਨੂੰ ਵੀ ਜਾਣਦਾ ਹੈਗਾ ਸਾਂ। ਠੀਕ ਹੈ ਜੀ। ਅਤੇ ਫਿਰ ਜਦੋਂ ਇਹਨਾਂ ਦੀ ਵੀਡੀਓ ਵੇਖੀ, ਇੱਕ ਦੋ ਵੀਡੀਓ ਵੇਖੀ ਇਹਨਾਂ ਦੀ ਮੈਂ, ਅਤੇ ਬਾਅਦ 'ਚ ਮੈਂ ਇਹਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਅਤੇ ਮੈਨੂੰ ਕੋਈ ਆਸ ਨਹੀਂ ਸੀ ਕਿਉਂਕਿ ਬੰਦਾ ਜਦੋਂ ਵੀਡੀਓ ਬਣਾਉਂਦਾ ਕੋਈ ਐਟੀਟਿਊਡ ਮਾੜਾ ਮੋਟਾ ਹੁੰਦਾ, ਪਰ ਨਹੀਂ ਇਹਦੇ ਵਿੱਚ ਨਹੀਂ ਹੈਗਾ। ਅਤੇ ਮੈਂ ਇਹਨੂੰ ਮੈਸੇਜ ਕੀਤਾ, ਮੈਨੂੰ ਲੱਗਿਆ ਤਾਂ ਨਹੀਂ ਰਿਪਲਾਈ ਕਰਨਗੇ, ਪਰ ਇਹਨਾਂ ਨੇ ਰਿਪਲਾਈ ਕਰਤਾ। ਮੈਂ ਮੈਸੇਜ ਪਹਿਲਾਂ ਕਰਕੇ ਛੱਡਿਆ, ਫਿਰ ਮੈਂ ਰਹਿਣ ਤਾਂ, ਮੈਂ ਕਿਹਾ ਕੀ ਤਾਂ ਰਿਪਲਾਈ ਕਰਨਾ ਕਿ ਨਹੀਂ ਕਰਨਾ। ਫਿਰ ਮੈਂ ਮੈਸੇਜ ਕੀਤਾ ਅਤੇ ਇਹਨਾਂ ਵੱਲੋਂ ਅੱਧੇ ਘੰਟੇ ਬਾਅਦ ਰਿਪਲਾਈ ਆ ਗਿਆ। ਮੈਂ ਫਿਰ ਗੱਲਬਾਤ ਕੀਤੀ ਅਤੇ ਇਹਨਾਂ ਨੇ ਆਪਣਾ ਨੰਬਰ ਦਿੱਤਾ ਅਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਵੀ ਮਤਲਬ ਤੁਹਾਡੇ ਨਾਲ ਯੂਟਿਊਬ 'ਤੇ ਕੰਮ ਕਰਨਾ ਚਾਹੁੰਦਾ ਹਾਂ। ਅਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਹੁਣ ਫਿਲਮ ਇੱਕ ਸ਼ੋਟ ਕਰ ਰਹੇ ਹਾਂ, ਸਟਰਗਲ ਫਿਲਮ ਸਟਾਰਟ ਕਰਨੀ ਸੀ ਜਦੋਂ ਤੁਸੀਂ ਸਾਡੇ ਨਾਲ ਆਏ। ਅਤੇ ਉਹਨਾਂ ਨੇ ਕਿਹਾ ਵੀ ਫਿਲਮ ਸ਼ੂਟ ਕਰਨੀ ਆ ਅਤੇ ਤੁਸੀਂ ਆ ਜਾਓ ਕੋਈ ਨਹੀਂ ਅਤੇ ਕਰਦੇ ਹਾਂ ਗੱਲਬਾਤ। ਅਤੇ ਇਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ
ਤੇ ਗੱਲਬਾਤ ਆਪਾਂ ਫਿਰ ਕਰਦੇ ਕਰਦੇ ਏਦਾਂ ਫਿਲਮ ਵਿੱਚ ਆ ਗਏ ਤੇ ਹੁਣ ਫਿਰ ਉਸ ਤੋਂ ਬਾਅਦ ਤੁਸੀਂ ਅੱਜ ਤੱਕ ਸਾਨੂੰ ਇਕੱਠੇ ਹੀ ਵੇਖਣ ਡੇ ਜੀ। ਹਾਂ ਬਹੁਤ ਵਧੀਆ ਬੋਂਡਿੰਗ ਬਣ ਗਈ ਆ ਹੁਣ ਸਾਡੀ। ਬਾਕੀ ਹੋਰ ਵੀ ਜੇ ਕੋਈ ਇੰਟਰਸਟਿਡ ਹੈਗਾ ਵਾ ਇਸ ਫੀਲਡ ਵਿੱਚ ਤੇ ਉਹ ਆ ਸਕਦਾ ਆਪਣੇ ਵੱਲੋਂ ਖੁੱਲੇ ਸੱਦੇ ਆ ਸਾਰਿਆਂ ਨੂੰ। ਬਾਕੀ ਕਿਉਂਕਿ ਆਪਾਂ ਕੰਮ ਕਰਦੇ ਹਾਂ ਸ਼ੌਂਕ ਨੂੰ, ਆਪਣਾ ਕੋਈ ਇਹ ਹੈ ਨਹੀਂ ਆ ਕਿ ਕੰਪੀਟੀਸ਼ਨ ਨਹੀਂ ਆ ਕਿਸੇ ਨਾਲ, ਇੱਕ ਸ਼ੌਂਕ ਹੀ ਆ ਬਸ। ਤੇ ਪਹਿਲਾਂ ਉਹਨੂੰ ਲੱਗਿਆ ਸੀ ਕਿ ਪ੍ਰਭ ਚੰਨ ਕੇ ਬਾਈ ਬਹੁਤ ਸੀਰੀਅਸ ਟਾਈਪ ਬੰਦਾ ਹੋਊਗਾ ਆਪਣੇ ਕੰਮ ਨੂੰ ਲੈ ਕੇ, ਪਰ ਹੁਣ ਮੈਨੂੰ ਪਤਾ ਲੱਗ ਗਿਆ ਕਿ ਬਹੁਤ ਜ਼ਿਆਦਾ ਸੀਰੀਅਸ ਹੈ। ਤੇ ਤੁਹਾਨੂੰ ਕੀ ਲੱਗਦਾ ਸੀ ਜਦੋਂ ਤੁਸੀਂ ਪਹਿਲੀ ਵਾਰ ਮੈਨੂੰ ਗੱਲ ਕੀਤੀ ਜਾਂ ਮਿਲੇ? ਪਹਿਲਾਂ ਤੇ ਮੈਨੂੰ ਲੱਗਦਾ ਸੀ ਵੀ ਵੀਰ ਥੋੜਾ ਰੂਡ ਜਿਹਾ ਵਾ, ਕੱਬਾ ਜਿਹਾ, ਪਰ ਜਦੋਂ ਇਹਨਾਂ ਨਾਲ ਕਹਿੰਦੇ ਨਾ ਬੰਦੇ ਦਾ ਨਾਲ ਲੈ ਕੇ ਪਤਾ ਲੱਗਦਾ ਵਾ, ਪਰ ਪਤਾ ਲੱਗਾ ਕਿ ਜਿੱਦਾਂ ਦੇ ਅਸੀਂ ਉਦਾਂ ਦਾ ਵੀਰ ਆ, ਕਿ ਇਸ ਦੀ ਸ਼ਾਇਦ ਸਾਡਾ ਬੋਂਡਿੰਗ ਵਧੀਆ ਵਾ ਕਿ ਅਸੀਂ ਇੱਕੋ ਜਿਹੇ ਸੁਭਾਅ ਦੇ ਹਾਂ। ਨਾਲੇ ਸਾਡਾ ਡਰੀਮ ਵੀ ਇੱਕੋ ਹੀ ਆ ਵੀ ਮਤਲਬ ਫੇਸ ਵੈਲਿਊ ਜਿਹੜੀ ਬਣਨੀ ਨੀ ਕਦੀ, ਜਿਹੜੀ ਪਤਾ ਨੀ ਕਦੋਂ ਬਣਨੀ ਆ ਇਹਦੀ ਬਣੀ ਪਰ ਛੇਤੀ ਹੋ ਕੋਈ ਨੀ, ਤੁਹਾਡੀ ਸਪੋਰਟ ਨਾਲ ਸਭ ਕੁਝ ਹੈ, ਸਪੋਰਟ ਕਰੋ ਤੇ ਸਭ ਕੁਝ ਮਿਲੂਗਾ। ਤੇਰਾ ਤੇ ਬੁਰਾ ਹਾਲ, ਦੁਨੀਆਂ ਤੇ 36 ਕਾਲੇ ਵੇਖੇ ਤੇਰਾ ਦੇ ਬੇੜਾ ਹੀ ਕਰਕੇ, ਅੱਜ ਮੈਂ ਜ਼ਿਆਦਾ ਨੀ ਆਉਂਦੇ। ਸੋ ਇਹ ਸੀ ਜੀ ਅੱਜ ਦੇ ਸਵਾਲ ਦਾ ਐਂਡ ਤੇ ਵਲੌਗ ਦਾ ਐਂਡ। ਤੇ ਕਿਵੇਂ ਲੱਗਾ ਵਲੌਗ ਲਾਈਕ ਕਮੈਂਟ ਕਰਕੇ ਦੱਸੋ। ਜੇ ਤੁਹਾਡੇ ਦੇ ਮਨ ਵਿੱਚ ਹੋਰ ਵੀ ਸਵਾਲ ਨੇ ਤੇ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਤੇ ਅਸੀਂ ਅਗਲੀ ਵੀਡੀਓ ਜ਼ਰੂਰ ਬਣਾਵਾਂਗੇ ਕਿਊ ਐਨ ਏ, ਤੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਹਾਂਜੀ, ਤੇ ਤੁਸੀਂ ਕੁਛ ਕਹਿਣਾ ਚਾਹੋਗੇ? ਵੇਖੋ ਜੀ, ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਵੀਰ ਉਹਨਾਂ ਨੂੰ ਸਪੋਰਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੇ ਜੇ ਹੋਰ ਵੀ ਤੁਸੀਂ ਸਾਡੀ ਟੀਮ ਜਾਂ ਸਾਡੇ ਕੰਮ ਬਾਰੇ ਕੁਝ ਜਾਣਨਾ ਚਾਹੁੰਦੇ ਸਾਡੇ ਬਾਰੇ ਤੇ ਕਮੈਂਟ ਕਰਕੇ ਇਹ ਦੱਸੋ, ਆਪਾਂ ਜ਼ਰੂਰ ਕਿਊ ਐਨ ਏ ਵੀਡੀਓ ਬਣਾਵਾਂਗੇ ਅਗਲੀ, ਤੇ ਉਹਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। ਤੇ ਹੋਰ ਵੀ ਜੇ ਕੋਈ ਇੰਟਰਸਟਿਡ ਹੈਗਾ ਵਾ ਸਾਡੇ ਨਾਲ ਟੀਮ ਵਰਕ ਕਰਨ ਦੇ ਵਿੱਚ ਤੇ ਉਹ ਆ ਸਕਦਾ ਵਾ, ਤੇ ਬਾਕੀ ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ, ਆਪਣਾ ਸ਼ੌਂਕ ਆ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ। ਤੇ ਬਾਕੀ ਇਹ ਵਲੌਗ ਕਿਵੇਂ ਲੱਗਾ ਲਾਈਕ ਕਮੈਂਟ ਕਰਕੇ ਦੱਸੋ, ਤੇ ਹੋਰ ਇੱਦਾਂ ਦੀਆਂ ਸਾਡੀਆਂ ਇਕੱਠੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹਾਂ ਸਬਸਕ੍ਰਾਈਬ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ, ਰੱਬ ਰੱਖਾ। ਤੁਹਾਡੇ ਮਨ ਵਿੱਚ ਕਿਵੇਂ ਖਿਆਲ ਆਇਆ ਕਿ ਤੁਸੀਂ ਵੀ ਯੂਟਿਊਬ ਤੇ ਕੰਮ ਕਰੋ? ਪਹਿਲਾਂ ਤਾਂ ਕਹੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਫਿਰ ਗੈਰੀ ਗੱਲ ਸ਼ੁਰੂ ਕਰਦੀ ਦੋਰੇ ਪੁੱਛਣ। ਤੇ ਜਿਹੜਾ ਤੁਹਾਡਾ ਕੰਟੈਂਟ ਮੇਨ ਕੰਟੈਂਟ ਹੈ ਯੂਟਿਊਬ ਤੇ ਪਾਉਣ ਦਾ, ਉਹ ਕੀ ਆ? ਯੂਟਿਊਬ ਤੇ ਆਪਣਾ ਮੇਨ ਕੰਟੈਂਟ ਤੇ ਹੈਗਾ ਵਾ, ਕੋਸ਼ਿਸ਼ ਕਰੀਦੀ ਆ ਲੋਕਾਂ ਨੂੰ ਹਸਾਉਣ ਦੀ। ਤੁਹਾਡੀਆਂ ਹੌਬੀਜ਼ ਕੀ ਨੇ ਜੀ ਪ੍ਰਭ ਚੰਨਣ ਕੇ ਭਾਜੀ? ਹੌਬੀਜ਼ ਮੇਰੀਆਂ ਹੈਗੀਆਂ ਵਾ, ਇੱਕੋ ਹੀ ਹੌਬੀ ਆ ਮੇਰੀ, ਸਿੰਗਿੰਗ, ਗਾਉਣਾ ਤੇ ਨਹੀਂ ਦੋਰੇ ਪੁੱਛ ਯਾਰ, ਪਤਾ ਨਹੀਂ ਲੱਗਿਆ ਕੀ ਕਹਿਣਾ। ਚੱਲ ਠੀਕ, ਤੇ ਹਾਂਜੀ ਤੇ ਹੋਰ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ, ਜਿਵੇਂ ਵੀ ਤੁਹਾਨੂੰ ਵਲੌਗ ਲੱਗਾ ਬੈਗ ਲਾਇਆ। ਸੋ ਤੁਸੀਂ ਸਾਰਾ ਵਲੌਗ ਵੇਖ ਲਿਆ, ਕਮੈਂਟ ਕਰਕੇ ਦੱਸੋ ਆਪਣਾ ਫੇਵਰੇਟ ਪਾਰਟ, ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਤੇ ਜੀ ਕਰਦਾ ਤਾਂ ਸਬਸਕ੍ਰਾਈਬ ਕਰ ਲਓ। ਥੈਂਕ ਯੂ।